ਅੱਜ ਆਪਾਂ ਇੰਨੀ ਸਸਤੀ ਕੋਠੀ ਤੁਹਾਡੇ ਖਾਤਰ ਲੈ ਕੇ ਪਹੁੰਚੇ ਹਾਂ। ਇਹੋ ਜਿਹੀ ਕੋਠੀ ਵਾਰ ਵਾਰ ਨਹੀਂ ਮਿਲਦੀ ਹੁੰਦੀ, ਕਿਉਂਕਿ ਡਬਲ ਤਾਂ ਸਟੋਰੀ ਬਣੀ ਹੋਈ ਹੈ ਅਤੇ ਜਿਹੜੀ ਜਗ੍ਹਾ ਹੈ ਰਜਿਸਟਰੀ ਵਾਲੀ ਹੈ ਅਤੇ ਰੇਟ ਹੈ ਸਿਰਫ 15 ਲੱਖ ਰੁਪਈਆ। ਉਹਦੇ ਵਿੱਚੋਂ ਵੀ ਘਾਟਾ ਵਾਧਾ ਹੋ ਜੂਗਾ ਅਤੇ ਗੱਲ ਆਪਾਂ ਅੱਗੇ ਪੂਰੀ ਕਰਦੇ ਹਾਂ, ਤੁਸੀਂ ਵੀਡੀਓ ਦੇਖੋ। ਹੋਮ ਸੇਲ ਮਾਰਕੀਟ ਚੈਨਲ 'ਤੇ ਹਰ ਰੋਜ਼ ਨਵੀਂ ਤੋਂ ਨਵੀਂ ਵੀਡੀਓ। ਕੋਠੀ ਮਕਾਨ ਘਰ ਦੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ, ਨਾਲ ਇੱਕ ਬੈੱਲ ਆਈਕਨ ਹੈ ਉਹਨੂੰ ਵੀ ਦੱਬੋ ਅਤੇ ਨਾਲ ਦੀ ਨਾਲ ਆਪਣੇ ਚੈਨਲ ਦਾ ਵਟਸਅਪ ਨੰਬਰ ਵੀ ਨੋਟ ਕਰ ਲਓ, ਉੱਪਰ ਹਮੇਸ਼ਾ ਵਾਰ ਵਾਰ ਚੱਲਦਾ ਰਹਿੰਦਾ ਜੀ। ਨੰਬਰ ਆਪਣਾ 7380026173। ਜੇ ਕਿਸੇ ਨੇ ਐਡ ਕਰਵਾਉਣੀ ਹੈ ਆਪਣੇ ਕੋਲ ਇੱਕ ਵੀਡੀਓ, ਪੂਰੀ ਜਾਣਕਾਰੀ 5 ਤੋਂ 7 ਫੋਟੋਆਂ ਆਪਣੇ ਨੰਬਰ 'ਤੇ ਭੇਜੋ ਜੀ। ਅਤੇ ਵੀਡੀਓ ਸਕਰੀਨ 'ਤੇ ਚੱਲ ਹੀ ਰਹੀ ਹੈ ਜੀ, ਪੂਰੀ ਕੋਠੀ ਦੀ ਆਪਾਂ ਗੱਲਬਾਤ ਕਰਦੇ ਹਾਂ। ਆਹ ਤੁਸੀਂ ਪਹਿਲਾ ਬੈੱਡਰੂਮ ਦੇਖੋ ਅਤੇ ਸਾਰੀ ਕੋਠੀ ਹੈ ਜਿਹੜੀ ਇਹਨਾਂ ਨੇ ਤਿਆਰ ਕਰਵਾਈ ਹੋਈ ਹੈ। ਉੱਪਰੋਂ ਛੱਤ ਦੇਖ ਲਓ, POP ਕਰਵਾਈ ਹੋਈ ਹੈ ਅਤੇ ਆਪਾਂ ਨੂੰ ਹਰ ਜਿਹੜੇ ਬੈੱਡਰੂਮ ਬਣੇ ਹੋਏ ਆ ਉਹਨਾਂ ਨਾਲ ਅਟੈਚ ਆਪਾਂ ਨੂੰ ਬਾਥਰੂਮ ਮਿਲੂਗਾ ਅਤੇ ਬਾਥਰੂਮ ਸਾਰੇ ਕੰਪਲੀਟ ਕਰਵਾਏ ਹੋਏ ਆ। ਜਿਵੇਂ ਕਿ ਤੁਸੀਂ ਦੇਖ ਰਹੇ ਹੋ, ਇਹੋ ਜਿਹੇ ਪੂਰੇ ਕੰਪਲੀਟਡ ਆਪਾਂ ਨੂੰ ਬਾਥਰੂਮ ਮਿਲ ਜਾਣਗੇ। ਟਾਈਲਾਂ ਬਹੁਤ ਚੰਗੀਆਂ ਕੁਆਲਿਟੀ ਦੀਆਂ। ਉੱਪਰੋਂ ਛੱਤ ਦੇਖ ਲਓ, POP ਕਰਵਾਈ ਹੋਈ ਹੈ ਅਤੇ ਸਾਰੀ ਕੋਠੀ ਜਿਹੜੀ ਇਹਨਾਂ ਨੇ ਰੰਗ ਕਰਵਾਈ ਹੋਈ ਹੈ। ਸਾਰੀਆਂ A to Z ਜੋੜੀਆਂ ਲੱਗੀਆਂ ਹੋਈਆਂ। ਨੀਚੇ ਆਪਾਂ ਨੂੰ ਵਧੀਆ ਫਰਸ਼ ਲੱਗਿਆ ਹੋਇਆ ਮਿਲ ਜੂਗਾ ਅਤੇ ਵਧੀਆ ਜੋੜੀਆਂ, ਵਧੀਆ ਪੱਲੇ, ਸਾਰਾ ਲਾਈਟਿੰਗ ਦਾ ਕੰਮ, ਹਰ ਚੀਜ਼ ਆਪਾਂ ਨੂੰ ਟੋਪ ਦਾ ਮਿਲੂਗਾ ਜੀ। ਸਾਰਾ ਕੰਮ ਟੋਪ ਦਾ ਇਹਨਾਂ ਨੇ ਕਰਵਾਇਆ ਹੋਇਆ। ਅਤੇ ਸੈਕਿੰਡ ਵਾਲਾ ਬੈੱਡਰੂਮ ਆ ਗਿਆ, ਆਹ ਬੈੱਡਰੂਮ ਤੁਸੀਂ ਦੇਖ ਰਹੇ ਹੋ, ਇਹਦੇ ਨਾਲ ਵੀ ਆਪਾਂ ਨੂੰ ਅਟੈਚ ਬਾਥਰੂਮ ਮਿਲੂਗਾ। ਨੀਚੇ ਵਧੀਆ ਫਰਸ਼ ਲੱਗਿਆ ਹੋਇਆ ਜੀ, ਟਾਈਲਾਂ, ਜੋੜੀਆਂ ਦੇਖ ਲਓ। ਅਤੇ ਜਿਵੇਂ ਕਿ ਤੁਹਾਨੂੰ ਕਿਹਾ ਸੀਗਾ, ਜਿਵੇਂ ਕਿ ਪਿਛਲੇ ਬੈੱਡਰੂਮ ਦਾ ਤੁਸੀਂ ਬਾਥਰੂਮ ਦੇਖਿਆ ਸੀਗਾ, ਉਹੀ ਜਿਹੀ ਆਹ ਬਾਥਰੂਮ ਇਹਨਾਂ ਨੇ ਤਿਆਰ ਕਰਵਾਇਆ ਹੋਇਆ। ਬਾਕੀ ਬਾਥਰੂਮ ਤਾਂ ਜਿਹੜੇ ਤਿਆਰ ਕਰਵਾਏ ਹੋਏ ਆ ਉਹ ਤਾਂ ਕਰਵਾਏ ਹੋਏ ਆ, ਵਧੀਆ ਕਮਰੇ ਨੇ। ਅਤੇ ਜਿਹੜਾ ਕਿਚਨ ਬਣਿਆ ਹੋਇਆ ਉਹ ਤੁਸੀਂ ਦੇਖੋ ਜੀ, ਸਾਰਾ ਲੱਕੜ ਨਾਲ ਤਿਆਰ, ਚਿਮਨੀ ਲੱਗੀ ਹੋਈ ਹੈ, ਹਰ ਚੀਜ਼ ਆਪਾਂ ਨੂੰ ਟੋਪ ਦੀ ਮਿਲੂਗੀ। ਅਤੇ ਲਾਈਟਿੰਗ ਦਾ ਸਾਰਾ ਕੰਮ ਬਹੁਤ ਵਧੀਆ ਹੋਇਆ, ਜਿੰਨੀਆਂ ਸਵਿੱਚਾਂ ਲੱਗੀਆਂ ਹੋਈਆਂ, ਜਿੰਨਾ ਕੁਛ ਵੀ ਲੱਗਿਆ ਹੋਇਆ ਪੂਰਾ ਟੋਪ ਦਾ ਇਹਨਾਂ ਨੇ ਲਗਵਾਇਆ ਹੋਇਆ। ਅਤੇ ਆ ਗਿਆ ਜੀ ਮੇਨ ਗੇਟ, ਅਤੇ ਬਾਹਰਲੀ ਸਾਈਡ ਤੋਂ ਤੁਹਾਨੂੰ ਮੈਂ ਦਿਖਾ ਦਿੰਦਾ। ਅਤੇ ਪਹਿਲਾਂ ਹੀ ਇੱਕ ਗੱਲ ਤੁਹਾਨੂੰ ਕਨਫਰਮ ਕਰ ਦਿੰਦਾ ਵੀ ਪਿੱਛੇ ਤਾਂ ਗਲੀ ਹੈ ਜਿਹੜੀ, ਉਹ ਤਾਂ ਪੂਰੀ ਇਹਨਾਂ ਦੀ ਚੋੜੀ ਹੈ। ਅਤੇ ਜਿੱਥੇ ਇਹਨਾਂ ਦੇ ਘਰ ਕੋਲ ਆ ਕੇ ਗਲੀ ਥੋੜ੍ਹੀ ਜਿਹੀ ਭੀੜੀ ਹੋ ਜਾਂਦੀ ਹੈ, ਮੋਟਰਸਾਈਕਲ ਤਾਂ ਆਰਾਮ ਨਾਲ ਆ ਜਾਂਦਾ ਪਰ ਗੱਡੀ ਵਗੈਰਾ ਨਹੀਂ ਆਉਂਦੀ ਜੀ, ਉਹ ਤੁਹਾਨੂੰ ਪਹਿਲਾਂ ਹੀ ਮੈਂ ਦੱਸ ਦਿੰਦਾ। ਜੇ ਆਪਾਂ ਜਗ੍ਹਾ ਦੀ ਗੱਲ ਕਰੀਏ ਤਾਂ ਆਪਾਂ ਨੂੰ ਮਾਲਕ ਨੇ ਸਾਰਾ ਕੁਛ ਦੱਸਿਆ, 5.5 ਮਰਲੇ ਜਗ੍ਹਾ ਇਹਨਾਂ ਦੀ ਹੈਗੀ ਹੈ ਕੋਠੀ ਦੀ, ਅਤੇ ਡਬਲ ਸਟੋਰੀ ਹੈ, ਉੱਪਰ ਵੀ ਸਾਰਾ ਕੁਛ ਹੈ, ਨੀਚੇ ਤਾਂ ਸਾਰਾ ਕੁਛ ਤੁਸੀਂ ਦੇਖ ਲਿਆ। ਅਤੇ ਹੁਣ ਆਪਾਂ ਉੱਪਰ ਚੱਲਦੇ ਹਾਂ ਜੀ, ਬਹੁਤ ਚੰਗੀ ਆਪਾਂ ਨੂੰ ਪੌੜੀਆਂ ਮਿਲ ਜਾਣਗੀਆਂ। ਅਤੇ ਬਾਹਰੋਂ ਤੁਹਾਨੂੰ ਥੋੜ੍ਹਾ ਜਿਹਾ ਦਿਖਾ ਦਿੰਦਾ ਮੈਂ, ਗਲੀ 'ਚੋਂ ਦੇਖੋ ਜੀ, ਉੱਪਰੋਂ ਬਾਹਰਲੀ ਸਾਈਡ ਤੋਂ ਇਹੋ ਜਿਹਾ ਕੁਛ ਹੈ। ਅਤੇ AC ਵਗੈਰਾ ਲੱਗਿਆ ਹੋਇਆ, ਜਿਵੇਂ ਕਿ ਤੁਸੀਂ ਦੇਖ ਰਹੇ ਹੋ, AC ਦੀ ਫਿਟਿੰਗ ਆਪਾਂ ਨੂੰ ਕੀਤੀ ਕਰਾਈ ਮਿਲ ਜੂਗੀ। ਬਾਕੀ ਉੱਪਰੋਂ ਵੀ ਬਹੁਤ ਵਧੀਆ ਜੀ, ਉੱਪਰ ਆਪਾਂ ਨੂੰ ਇੱਕ ਬਾਹਰਲੀ ਸਾਈਡ ਬਾਥਰੂਮ ਮਿਲ ਜੂਗਾ, ਅਤੇ ਉੱਪਰ ਵੀ ਆਪਾਂ ਨੂੰ ਬੈੱਡਰੂਮਸ ਮਿਲ ਜਾਣਗੇ, ਅਤੇ ਉੱਪਰ ਹੀ ਆਪਾਂ ਨੂੰ ਕਿਚਨ ਮਿਲੂਗਾ। ਅਤੇ ਜਿਹੜਾ ਡਰਾਇੰਗ ਰੂਮ ਹੈ ਇਹਨਾਂ ਨੇ ਉੱਪਰ ਆਪਦਾ ਬਣਾਇਆ ਹੋਇਆ, ਜਿਵੇਂ ਕਿ ਤੁਸੀਂ ਦੇਖ ਰਹੇ ਹੋ, ਆਹ ਡਰਾਇੰਗ ਰੂਮ ਆ ਗਿਆ ਜੀ, ਅਤੇ ਸੋਫੇ ਵਗੈਰਾ ਇਹਨਾਂ ਨੇ ਰੱਖੇ ਹੋਏ ਹੈ, ਕਾਫੀ ਵੱਡਾ ਆਪਾਂ ਨੂੰ ਡਰਾਇੰਗ ਰੂਮ ਮਿਲ ਜੂਗਾ। ਅਤੇ ਇਹਦੇ ਨਾਲ ਹੀ ਆਪਾਂ ਨੂੰ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਬਾਥਰੂਮ ਅਟੈਚ ਆਪਾਂ ਨੂੰ ਮਿਲ ਜਾਊਗਾ, ਅਤੇ ਉੱਪਰ ਵੀ ਆਪਾਂ ਨੂੰ ਟਾਈਲਾਂ ਨੀਚੇ ਲੱਗੀਆਂ ਹੋਈਆਂ ਮਿਲ ਜਾਣਗੀਆਂ, ਅਤੇ ਕਾਫੀ ਵੱਡਾ ਜੀ ਜਿਵੇਂ ਕਿ ਤੁਸੀਂ ਦੇਖ ਹੀ ਲਓ। ਅਤੇ ਇੱਧਰਲੀ ਸਾਈਡ ਆਪਾਂ ਨੂੰ ਕਿਚਨ ਮਿਲ ਜੂਗਾ, ਅਟੈਚ ਹੀ ਆਪਾਂ ਨੂੰ ਕਿਚਨ ਮਿਲ ਜੂਗਾ। ਕਿਚਨ ਦੀ ਵੀਡੀਓ ਵੀ ਇਹਨਾਂ ਨੇ ਬਹੁਤ ਚੰਗੀ ਆਪਣੇ ਕੋਲ ਬਣਾ ਕੇ ਭੇਜੀ ਹੈ। ਦੇਖੋ ਜੀ ਸਮਾਈਕਾ ਬਹੁਤ ਚੰਗਾ ਲਗਵਾਇਆ ਹੋਇਆ, ਅਤੇ ਇੱਥੇ ਆਪਾਂ ਨੂੰ ਇੱਕ ਵਿੰਡੋ ਮਿਲ ਜੂਗੀ, ਟਾਈਲਾਂ ਸਾਰੀਆਂ ਲੱਗੀਆਂ ਹੋਈਆਂ,
ਅਤੇ ਚਿਮਨੀ ਲੱਗੀ ਹੋਈ ਆ, ਬੋਕਸ ਉੱਪਰ ਨੀਚੇ ਵਧੀਆ ਬਣੇ ਹੋਏ ਨੇ। ਭਾਂਡੇ ਧੋਣ ਵਾਸਤੇ ਜਿਹੜਾ ਸਿੰਕ ਜੀ ਆਪਾਂ ਨੂੰ ਡਬਲ ਲੱਗੇ ਹੋਏ ਮਿਲ ਜਾਣਗੇ। ਅਤੇ 15 ਲੱਖ ਰੁਪਈਆ ਇਹਨਾਂ ਨੇ ਰੇਟ ਇੱਕ ਵਾਰੀ ਕਿਹਾ ਹੈਗਾ। ਬਾਕੀ ਕਹਿੰਦੇ ਸੀਗੇ ਮਾਲਕ ਰੇਟ ਦੀ ਟੈਨਸ਼ਨ ਨਾ ਲਿਓ, ਰੇਟ ਬਹਿ ਕੇ ਕਰ ਲਾਂਗੇ ਉੱਪਰ ਨੀਚੇ, ਇੱਕ ਵਾਰੀ ਸਿਰਫ ਡਿਮਾਂਡ ਹੈਗੀ। ਡਿਮਾਂਡ 15 ਲੱਖ ਰੁਪਈਆ ਅਤੇ ਜਗ੍ਹਾ ਵੀ ਰਜਿਸਟਰੀ ਵਾਲੀ ਹੈ। ਜੇ ਜਗ੍ਹਾ ਰਜਿਸਟਰੀ ਵਾਲੀ ਹੋਵੇ ਫਿਰ ਤਾਂ ਕੀ ਦਿੱਕਤ ਹੈ ਜੀ, ਕਿਉਂਕਿ ਜਗ੍ਹਾ ਰਜਿਸਟਰੀ ਹੋਵੇ ਜਗ੍ਹਾ ਦੀ ਤਾਂ ਬੈਟਰ ਰਹਿੰਦਾ ਗਾ, ਚੰਗਾ ਰਹਿੰਦਾ ਜੀ। ਬਾਕੀ ਤੁਸੀਂ ਦੇਖ ਰਹੇ ਹੋ ਅਤੇ ਤੁਹਾਨੂੰ ਮੈਂ ਕਨਫਰਮ ਪਹਿਲਾਂ ਕਰ ਹੀ ਦਿੱਤਾ, ਗਲੀ ਦਾ ਤੁਹਾਨੂੰ ਮੈਂ ਦੱਸ ਹੀ ਦਿੱਤਾ ਜੀ। ਅਤੇ ਗਲੀ ਜੇ ਚੱਲ ਜਾਊਗੀ ਭੀੜੀ ਤਾਂ ਤੁਸੀਂ ਲੈ ਸਕਦੇ ਹੋ, ਜੇ ਕਿਸੇ ਕੋਲ ਗੱਡੀ ਹੈਗੀ ਹੈ ਤਾਂ ਥੋੜ੍ਹਾ ਜਿਹਾ ਔਖਾ ਜੀ, ਠੀਕ ਹੈ ਜੀ। ਬਾਕੀ ਮੋਟਰਸਾਈਕਲ ਵਗੈਰਾ ਆ ਜਾਂਦੇ ਆ, ਜਿਨ੍ਹਾਂ ਕੋਲ ਗੱਡੀ ਹੈ ਉਹ ਤੁਸੀਂ ਦੇਖੋ ਜੀ ਹਿਸਾਬ ਕਿਤਾਬ ਲਾਓ। ਬਾਕੀ ਜਿਹਦੇ ਕੋਲ ਮੋਟਰਸਾਈਕਲ ਹੈ ਤਾਂ ਤੁਸੀਂ ਮਾਲਕ ਨਾਲ ਗੱਲ ਕਰ ਸਕਦੇ ਹੋ, ਬਾਕੀ ਤੁਸੀਂ ਆਪ ਹੀ ਦੇਖੋ ਜੀ। ਅਤੇ ਖਰੀਦਣੀ ਤਾਂ ਤੁਸੀਂ ਹੈ ਅਤੇ ਗੱਲਬਾਤ ਕਰ ਸਕਦੇ ਹੋ ਤੁਸੀਂ ਮਾਲਕ ਨਾਲ, ਅਤੇ ਮਾਲਕ ਦਾ ਨੰਬਰ ਵੀ ਤੁਹਾਨੂੰ ਮੈਂ ਨੋਟ ਕਰਵਾ ਦਿੰਦਾ ਜਿਨ੍ਹਾਂ ਦੀ ਆਹ ਕੋਠੀ ਆਪਣੇ ਕੋਲ ਪਹੁੰਚੀ ਹੈ, 8288-36-616। ਇਸੇ ਨੰਬਰ 'ਤੇ ਗੱਲ ਤੁਸੀਂ ਕਰ ਸਕਦੇ ਹੋ ਜੇ ਤੁਸੀਂ ਖਰੀਦਣਾ ਚਾਹੁੰਦੇ ਹੋ ਆਹ ਕੋਠੀ ਜਿਹੜੀ ਤੁਸੀਂ ਦੇਖੀ ਅੱਜ। ਨੰਬਰ ਤੁਹਾਨੂੰ ਮੈਂ ਦੇ ਦਿੱਤਾ ਜੀ, 8288-36-616। ਮਾਲਕ ਨਾਲ ਤੁਸੀਂ ਗੱਲ ਕਰ ਸਕਦੇ ਹੋ ਜੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਤੁਸੀਂ ਕਰਨਾ ਚਾਹੁੰਦੇ ਹੋ। ਅਤੇ ਆਪਣੇ ਕੋਲ ਜਿਹੜੀ ਆ ਕੋਠੀ ਪਹੁੰਚੀ ਹੈ ਫਤਿਹਾਬਾਦ ਏਰੀਏ 'ਚ ਪਹੁੰਚੀ ਹੈ, ਫਤਿਹਾਬਾਦ ਅਤੇ ਤਹਿਸੀਲ ਖਡੂਰ ਸਾਹਿਬ ਲੱਗਦੀ ਇਹਨਾਂ ਨੂੰ, ਅਤੇ ਡਿਸਟ੍ਰਿਕਟ ਤਰਨ ਤਾਰਨ। ਅਤੇ ਕਮਰੇ ਵਗੈਰਾ ਤੁਸੀਂ ਦੇਖ ਲਏ, ਸਾਰਾ ਕੰਮ ਜਿੰਨਾ ਹੋਇਆਗਾ ਸਾਰਾ ਕੁਛ ਤੁਸੀਂ ਦੇਖ ਲਿਆ। ਅਤੇ ਵੀਡੀਓ ਦੀ ਆਪਾਂ ਪੂਰੀ ਗੱਲ ਕਰ ਲਈ, ਅਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਮੈਨੂੰ ਦੱਸਿਓ ਜ਼ਰੂਰ ਕਮੈਂਟ ਕਰਕੇ ਜੀ। ਨੰਬਰ ਤੁਹਾਨੂੰ ਮੈਂ ਦੱਸ ਹੀ ਦਿੱਤਾ, ਫਿਰ ਤੋਂ ਨੋਟ ਕਰ ਲਿਓ, ਕਈ ਵਾਰੀ ਅੱਗੇ ਪਿੱਛੇ ਹੋ ਜਾਂਦਾ ਜੀ। 8288-36-616 ਮਾਲਕ ਦਾ ਡਾਇਰੈਕਟ ਨੰਬਰ ਹੈ, ਅਤੇ ਤੁਸੀਂ ਸਿੱਧੀ ਮਾਲਕ ਨਾਲ ਗੱਲ ਕਰਨੀ ਹੈ, ਅਤੇ ਸਿੱਧੀ ਮਾਲਕ ਨਾਲ ਗੱਲ ਕਰਕੇ ਅਤੇ ਕਿਸੇ ਨੂੰ ਵਿੱਚ ਵਿਚਾਲੇ ਨਹੀਂ ਪਾਉਣਾ ਜੀ, ਕਿਉਂਕਿ ਜੇ ਵਿੱਚ ਵਿਚਾਲੇ ਕਿਸੇ ਬੰਦੇ ਨੂੰ ਪਾਓਗੇ ਤਾਂ ਉਹ ਅੱਡ ਕਮਿਸ਼ਨ ਲੈ ਕੇ ਜਾਊਗਾ, ਨੁਕਸਾਨ ਤੁਹਾਡਾ ਹੀ ਹੈ ਜੀ। ਸਿੱਧੀ ਮਾਲਕ ਨਾਲ ਗੱਲ ਕਰੋ, ਜਿੰਨਾ ਤੁਸੀਂ ਰੇਟ ਲਾਉਣਾ ਲਾਓ, ਜੇ ਮਾਲਕ ਨੂੰ ਠੀਕ ਲੱਗਿਆ ਵੀ ਹਾਂ ਇੰਨੇ ਦੇ ਵਿੱਚ ਠੀਕ ਰਹੂਗਾ ਤਾਂ ਮਾਲਕ ਜਿਹੜੀ ਕੋਠੀ ਹੈ ਵੇਚ ਦੇਣਗੇ। ਬਾਕੀ ਤੁਸੀਂ ਜ਼ਿਆਦਾ ਮੇਰੇ ਤੋਂ ਸਿਆਣੋ ਜੀ ਸਾਰੇ, ਅਤੇ ਗੱਲਬਾਤ ਤੁਸੀਂ ਆਪੇ ਕਰ ਲਿਓ। ਬਾਕੀ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਅੱਜ ਦੀ ਵੀਡੀਓ ਬਾਰੇ ਵੀ ਤੁਹਾਨੂੰ ਆਪਣੀ ਜਿਹੜੀ ਆਹ ਵੀਡੀਓ ਹੈ ਕਿਵੇਂ ਦੀ ਲੱਗੀ। ਜੇ ਚੰਗੀ ਲੱਗੀ ਹੈ ਵੀਡੀਓ ਤਾਂ ਤੁਸੀਂ ਸਾਰੇ ਲਾਈਕ ਜ਼ਰੂਰ ਕਰ ਦਿਓ ਜੀ, ਅਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਕੋਠੀ ਕਿਵੇਂ ਦੀ ਲੱਗੀ। ਵਧੀਆ ਲੱਗੀ ਹੈ ਤਾਂ ਲਾਈਕ ਸ਼ੇਅਰ ਲਾਜ਼ਮੀ ਕਰ ਦਿਓ। ਇਸੇ ਤਰ੍ਹਾਂ ਦੀ ਤੁਸੀਂ ਹਰ ਰੋਜ਼ ਕੋਠੀ ਜੇ ਦੇਖਣਾ ਚਾਹੁੰਦੇ ਹੋ ਤਾਂ ਆਪਾਂ ਹਰ ਰੋਜ਼ ਵੀਡੀਓ ਲੈ ਕੇ ਪਹੁੰਚਦੇ ਹਾਂ। ਹਰ ਰੋਜ਼ ਆਪਣੀ ਵੀਡੀਓ ਦੇਖਣ ਵਾਸਤੇ ਨੀਚੇ ਤੁਹਾਨੂੰ ਇੱਕ ਚੈਨਲ ਦਾ ਸਬਸਕ੍ਰਾਈਬ ਵਾਲਾ ਬਟਨ ਮਿਲੂਗਾ ਜੀ, ਉਹਨੂੰ ਕਲਿੱਕ ਲਾਜ਼ਮੀ ਕਰ ਦਿਓ, ਕਿਉਂਕਿ ਜਦੋਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓਗੇ ਤਾਂ ਉਹ ਤੋਂ ਬਾਅਦ ਤੁਹਾਡੇ ਕੋਲ ਆਪਣੀ ਹਰ ਵੀਡੀਓ ਦਾ ਮੈਸੇਜ ਵਗ ਜਾ ਕਰੂਗਾ ਜੀ, ਅਤੇ ਆਪਣੀ ਹਰ ਵੀਡੀਓ ਤੁਸੀਂ ਦੇਖ ਸਕੋਗੇ। ਬਾਕੀ ਗੱਲਬਾਤ ਜ਼ਿਆਦਾ ਆਪਾਂ ਕਰਦੇ ਨਹੀਂ ਜੀ, ਅਤੇ ਵੀਡੀਓ ਦੀ ਸਮਾਪਤੀ ਆਪਾਂ ਕਰਦੇ ਹਾਂ ਅੱਜ। ਅਤੇ ਜਾਣ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਆਖੂ ਹਾਂ, ਕਿਸੇ ਵੀ ਏਰੀਏ 'ਚ ਦੇਖ ਰਹੇ ਹੋ ਤੁਹਾਡੇ ਕੋਲ ਵੀ ਕਿਸੇ ਵੀ ਏਰੀਏ 'ਚ ਕੋਠੀ ਘਰ ਮਕਾਨ ਹੈਗਾ ਤੁਸੀਂ ਵੇਚਣਾ ਜੇ ਚਾਹੁੰਦੇ ਹੋ ਤਾਂ ਆਪਣੇ ਕੋਲ ਭੇਜੋ ਇੱਕ ਵੀਡੀਓ, ਪੂਰੀ ਜਾਣਕਾਰੀ, 5 ਤੋਂ 7 ਫੋਟੋਆਂ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਲਗਾ ਦਾਂਗੇ, ਆਪਣਾ ਕਮਿਸ਼ਨ ਵਗੈਰਾ ਕੋਈ ਕਿਸੇ ਤਰ੍ਹਾਂ ਦਾ ਨਹੀਂ ਹੁੰਦਾ ਜੀ, ਆਪਣੇ ਕੋਲ ਭੇਜੋ ਬਸ ਤੁਸੀਂ।
ਆਪਣਾ ਨੰਬਰ ਉੱਪਰ ਹਮੇਸ਼ਾ ਚੱਲਦਾ ਰਹਿੰਦਾ ਹੈ, ਤੁਹਾਨੂੰ ਮਿਲ ਗਿਆ ਹੋਊਗਾ 7380 ਪੂਰਾ 2673। ਅਤੇ ਹੁਣ ਦਿਓ ਜੀ ਮੈਨੂੰ ਇਜਾਜ਼ਤ।